ਉਹ ਇਸ਼ਾਨਾ ਕੀ ਗਿਆ ਕਹਿੰਦਾ ਤੇਰੀ ਆਸ ਤੇ ਚੁੱਕਿਆ ਜੋ ਕਦਮ ਪਹਿਲਾ ਤੇਰੇ ਨਾਮ ਨੂੰ ਸ਼ਰਮਾ ਸਾਰੀਆਂ ਤੇਰੀ ਮੁਸ਼ਕਿਲ ਕਸ਼ਾਈ ਤੇ ਨਾਜ਼ ਕਰਕੇ ਅਸਾਂ ਬਿਨਾ ਪਰਾਂ ਉਡਾਰੀਆਂ ਮਾਰੀਆਂ ਨੇ ਬਿਨਾ ਦੁੱਧ ਖੀਰ ਨਹੀਂ ਪੱਕਦੀ ਮੀਆਂ ਅਸਾਂ ਕੋਸ਼ਿਸ਼ਾਂ ਕੀਤੀਆਂ ਸਾਰੀਆਂ ਨੇ ਜਿਹਨੇ ਪੀਰ ਫਕੀਰ ਵਾਲ ਕੰਡ ਕੀਤੀ ਉਹਨੇ ਜਿੱਤੀਆਂ ਬਾਜ਼ੀਆਂ ਵੀ ਆਰ ਤੇ ਨਾਮ ਤਾੜੀਆਂ ਵੀ ਮਾਰੀਆਂ ਨੇ ਹੈ ਲੋ ਜੀ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਕਿਉਂ ਜਦ ਸਾਡੇ ਕੋਲ ਹੈ ਨਹੀਂ ਤੇ ਟੈਨਸ਼ਨ ਕਾਦੀ ਲੈ ਓ ਪ੍ਰਭੂ ਸਾਹਿਬ ਅਸਲਾਮੁਅਲੈਕਮ ਵਾਲੇਕੁਮ ਸਲਾਮ ਜੀ ਕੋ ਕੀ ਹਾਲ ਹੈ ਜੀ ਠੀਕ ਠਾਕ ਕਹਿੰਦੇ ਜਿਨ੍ਹਾਂ ਕੀਤੇ ਸੱਚੇ ਕੋਲ ਕਰਾਰ ਉਹ ਯਾਰ ਛੇਤੀ ਕਿਤੇ ਭੁੱਲਦੇ ਨਹੀਂ ਤੇ ਜਿਨ੍ਹਾਂ ਪਰੇ ਹੁਣ ਨੀਂਦਾਂ ਦੇ ਨਾਲ ਮਟਕੇ ਉਹ ਮਟਕੇ ਛੇਤੀ ਕਿਤੇ ਡੁੱਲਦੇ ਨਹੀਂ ਐਂ ਇਸ਼ਕ ਦੇ ਗੁੰਜਲ ਬਹੁਤ ਔਖੇ ਛੇਤੀ ਖੋਲਿਆ ਖੁੱਲਦੇ ਨਹੀਂ ਤੇ ਜਿਨ੍ਹਾਂ ਧੋਤੋ ਪੀਤੇ ਹੁਣ ਪੈਰ ਮਾਵਾਂ ਦੇ ਉਹ ਲੋਕ ਛੇਤੀ ਕਿਤੇ ਦੁਨੀਆਂ ਤੇ ਰੁੱਲਦੇ ਨਹੀਂ ਮਾਵਾ ਠੰਡੀਆਂ ਛਾਵਾਂ ਜੀ ਜੀ ਉਹ ਸ਼ਿਕਰ ਦੁਪਹਿਰ ਛੱਡ ਤੈਨੂੰ ਜਿਹੜੇ ਪੈਸੇ ਦਿੱਤੇ ਸੀ ਉਹਨਾਂ ਦਾ ਕੀ ਕੀਤਾ ਉਹ ਯਾਰ ਪੈਸੇ ਦੇ ਸਾਰੇ ਮੈਂ ਖਰਚ ਕਰ ਬੈਠਾ ਬਹੁਤ ਅਜਿਹਾ ਕਿੱਥੇ ਉਹ ਪੈਸਿਆਂ ਦਾ ਟਮਾਟਰ ਅੱਜ ਕੱਲ ਬੜਾ ਮਹਿੰਗਾ ਹੋਇਆ ਬਿਲਕੁਲ ਮੈਂ 2-3 ਮਨ ਟਮਾਟਰ ਸਟਾਕ ਕਰ ਰਿਹਾ ਸੀ ਵਾਹ ਉਹ ਅੱਲਾ ਦੇ ਹੁਕਮ ਨਾਲ ਸਾਰਾ ਹੀ ਜ਼ਾਇਆ ਹੋ ਗਿਆ ਯਾਰ ਐਸੇ ਮੁਕੱਦਰ ਵੀ ਘੱਟ ਬੰਦਿਆਂ ਦੇ ਹੁੰਦੇ ਆਪਣਾ ਗੱਲ ਸੁਣ ਮੇਰੀ ਪੈਸੇ ਗੰਜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਉਹ ਕਿਵੇਂ ਉਹ ਐਸਰਾ ਵੀ ਜਾ ਰਿਹਾ ਹੋਵੇ ਲੱਗਦਾ ਆ ਰਿਹਾ ਵਾ ਲੈ ਪਹਿਲਾ ਬੰਦਾ ਤੂੰ ਇਹ ਜਿਹਨੇ ਦੱਸਿਆ ਜਾਂਦਾ ਹੋਵੇ ਤੇ ਲੱਗਦਾ ਆ ਰਿਹਾ ਲੈ ਕੱਲ ਤੂੰ ਉਹ ਗੱਲ ਸੁਣੇ ਨਾ ਹਾਂ ਸਾਨੂੰ ਪੁੱਛਣਾ ਤੂੰ ਕੌਣ ਮੈਂ ਅੱਲਾ ਦਾ ਬੰਦਾ ਮੈਨੂੰ ਮਿਲਾ ਤੂੰ ਕੌਣ ਤੇਰੀ ਭੈਣ ਦਾ ਬੰਦਾ ਭਾਈ ਜੀ ਜੀ ਇੱਕ ਗੱਲ ਦਾ ਜਵਾਬ ਤੇ ਦਿਓ ਮੇਰੇ ਵੱਲੋਂ ਜਵਾਬ ਹੈ ਜਾਨ ਕਿਹਨੂੰ ਦੇਣੀ ਅੱਲਾ ਨੂੰ ਛੋਟੀ ਭੈਣ ਮਿਲਦੇ ਨੇ ਦੁਆ ਕਰ ਪੈਦਾ ਹੋਵੇ ਫੇਰ ਦੇਵਾਂਗੇ ਹੋਰ ਭਾਈ ਜੀ ਕੀ ਹਾਲ ਹੈ ਹਾਂ ਜੀ ਮੈਂ ਵੀ ਠੀਕ ਹਾਂ ਨਾ ਅੱਬਾ ਵੀ ਸਿਹਾ ਅੱਬਾ ਵੀ ਠੀਕ ਹੈ ਹੋਰ ਵੀ ਓਹ ਓਏ ਓਏ ਤੋ ਕੀ ਜਨਾਬ ਤੁਸੀਂ ਕੀ ਕੀਤਾ ਆਪਣੇ ਪੈਸਿਆਂ ਦੇ ਜਿਹੜੇ ਖੜੇ ਖੜੇ ਮੈਨੂੰ 15,000 ਰੁਪਇਆ ਦਿੱਤਾ 76,000 ਦਾ ਵੇਲ ਲਾਣ ਦਾ ਬਹੁਤ ਅੱਛੇ ਰੋ ਵਾਲਾ ਵੇਲ ਨਾ ਐਡਾ ਮਹਿੰਗਾ ਹੋ ਗਿਆ ਤੇ ਲਾਇਆ ਕਿਉਂ ਨਹੀਂ ਓਏ ਪੈਸੇ ਬਹੁਤ ਇਹ ਲੈਂਪਲ ਦੀਆਂ ਦੌੜਾਂ ਵੇਖੀਆਂ ਵੇਖੀਆਂ ਤੇ ਭੈਣਾਂ ਦੌੜਦੀਆਂ ਵੀ ਨਹੀਂ ਵੇਖਦਾ ਅੱਛਾ ਨਹੀਂ ਨਾ ਲੱਗਦਾ ਤੇਰੀਆਂ ਭੈਣਾਂ ਨੂੰ ਦੌੜਦਿਆਂ ਵੇਖਾਂ ਮੈਂ ਕਿਹਾ ਦਾ ਤੁਸੀਂ ਕਰਦੇ ਗੱਲਾਂ ਮੈਂ ਕੋਈ ਗੱਲ ਵੀ ਨਾ ਕਰਾਂ ਤੇ ਸਾਰੇ ਬੰਦੇ ਤਾੜੀਆਂ ਮਾਰ ਜਿਹੜਾ ਜਿਹੜਾ ਆਪਣੀ ਮਾਂ ਨਾਲ ਪਿਆਰ ਕਰਦਾ ਮਾਰੋ ਤਾੜੀ ਹੁਣ ਜਿਹੜੇ ਜਿਹੜਾ ਇਹਦੀ ਮਾਂ ਨਾ ਕਰਦਾ ਉਹ ਵੀ ਮਾਰੋ ਤਾੜੀ ਹਾਂ ਬੋਤਲ ਪਿਆ ਦੇ ਟੈਪਸੀ ਮੈਨੂੰ ਭੈਣ ਨਾਲ ਲਿੱਤਾ ਸੀ ਤਾਂ ਉਹ ਤੈਨੂੰ ਭੈਣ ਦੇ ਇੰਨਾ ਬੰਦਾ ਪੱਖੇ ਨਾਲ ਟਾਂਕੇ ਮਾਰ ਦੇਵੇ ਸਾਰਿਆਂ ਸਾਰਿਆਂ ਪੁੱਛਣ ਵੀ ਛੰਡੀ ਚੰਨੀ ਛੰਡੀ ਮੈਂ ਵੀ ਚੰਨੀ ਬੋਲ ਨਹੀਂ ਚਾਹਦਾ ਹਲਕਾ ਜਿਹਾ ਇੰਜੋਏ ਕਰਨਾ ਕੀ ਥੱਲੇ ਉਤਰ ਕੇ ਕਿਸੇ ਦੀ ਵੀ ਝੋਲੀ ਪੈ ਜਾ ਜਨਾਬੇ ਮੋਤਰਮ ਤੁਹਾਡਾ ਕਿਹੜਾ ਗਾਣਾ ਐਸਾ ਜਿਹੜਾ ਆੜਿਆ ਹਲੇ ਤੱਕ ਨਿਕਲ ਹੀ ਨਹੀਂ ਲਿਆ ਜੀ 7 ਗਾਣੇ ਹੋ ਗਏ ਨੇ ਇੱਕ ਮਾਇਆ ਰੁਕਿਆ ਉਹ ਸੁਣਾਓ ਕਿਹੜਾ ਜੇ ਕੋਈ ਪਾਣੀ ਦੀ ਟੋਈ ਹੋਵੇ ਕਸ਼ਮੀਰ ਸਾ ਲੈ ਕੇ ਰਹਿਣਾ ਭਾਵੇਂ ਦੁਸ਼ਮਣ ਕੋਈ ਹੋਵੇ ਕਸ਼ਮੀਰ ਕਿਉਂ ਨਹੀਂ ਗੱਲ ਕੋ ਫਨੀ ਖਰਾਬੀ ਨਹੀਂ ਹੋਏ
ਸ਼ਾਦੀ ਫੇਰ ਵੀ ਵੈਸੇ ਨਹੀਂ ਸ਼ਾਦੀ ਆ ਐਸੀ ਰਿਸ਼ਤਾ ਵੇਖਣ ਫੇਰ ਤੇ ਉਹ ਵੇਖ ਕੇ ਨਾ ਕਹਿੰਦੇ ਸੀ ਤੋਲ ਕੇ ਰਵਾਂਗੇ ਉਂਝ ਨਹੀਂ ਲਵਾਂਗੇ ਉਹ ਬੰਦੇ ਤੇ ਸੱਚੇ ਨੇ ਹਾਂ अच्छा वैसे तुहाडी शादी हो भी जांदी ना हां तो कोई बच्चा बचना नहीं सी ओ की ने हर बच्चा पासा लेके मार देना सी ठंड च बच्ची होना पासे दे सोने अरे ओए पप्पू पुत्र रे जी नाना साहब बंदे जड़े आए सुनो ना पैसे बणते नहीं जी जी नेकी करो पुत्र जिथे भी जाना पवे नेकी करो जी बिल्कुल ते अपना एक मोहतरमा दा काम है अगर कोई काम है ते मोहतरमा तुहाडा काम मैं नहीं कर सकदा मेरा मतलब कि तो की काम है ए बरकी साहब दी सिक्योरिटी गार्ड ने अच्छा अच्छा मेरा यार बरकी जी 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 भाई मैं सदके जावा अपने यार बरकी दे पुलिस वाला हो के इतनी मोहब्बत मेरे नाल इथे घर आया तो रोन लग पया कहंदा तेरी बीवी फौत होई राणा मैं तेरा ब्याह अपने खानदान च अपनी साली नाल करा देना अच्छा और तेन मुबारक होवे मेरा ब्याह हो जाना और तेरी जान छड़ जानी है बेन जान पुत्र हाय मैं मर गई लाला साहब ਤੁਹਾਡੀ ਬੀਵੀ ਮਰ ਗਈ ਹਾਂ ਜੀ ਮਰ ਗਈ ਗੈਰ ਤੁਸੀਂ ਰੰਡਵੇ ਹੋ ਹਰ ਰੰਡਵਾ ਸੱਚੀ ਬੀਬੀ ਤੂੰ ਵਿਆਹ ਦਾ ਨਾ ਸੋਚ ਤੂੰ ਕੋ ਹਕੀਕੇ ਦਾ ਸੋਚ ਦੇਖੋ ਨਾ ਸਾਹਿਬ ਮੈਨੂੰ ਬਰਕੀ ਸਾਹਿਬ ਨੇ ਆਖਿਆ ਉਹ ਤੁਹਾਡੀ ਕੋਈ ਮੀਟਿੰਗ ਸੀ ਹਾਂ ਹਾਂ ਉਹਨੇ ਨੇ ਇੱਥੇ ਮਿਲਣ ਆਣਾ ਮੈਂ ਉਹਨਾਂ ਨੇ ਪਹਿਲੇ ਜਾ ਕੇ ਸਾਰੀ ਸਿਕਿਉਰਿਟੀ ਚੈੱਕ ਕਰ ਫਿਰ ਮੈਂ ਉੱਥੇ ਜਾਵਾਂਗਾ ਇਸ ਸਕਿਉਰਿਟੀ ਗਾਰਡ ਨੇ ਉਹਨਾਂ ਦੇ ਪਹਿਲੇ ਸਾਰਾ ਕੋਈ ਮਾਹੌਲ ਚੈੱਕ ਕਰਦੇ ਨੇ ਫਿਰ ਬਰਕੀ ਸਾਹਿਬ ਭੇਜਦੇ ਨੇ ਮੈਂ ਅਗਰ ਤੈਨੂੰ ਕੋ ਸਾਡੇ ਸ਼ੱਕ ਹੈ ਤੇ ਸਾਨੂੰ ਚੈੱਕ ਕਰਨ ਵਾਲੀ ਤਲਾਸ਼ੀ ਨਹੀਂ ਲੱਗੀ ਜੀ ਸ਼ੱਕ ਹੋਵੇ ਨਾ ਹੋਵੇ ਪਰ ਮੈਂ ਸ਼ੱਕ ਜ਼ਰੂਰ ਕਰਾਂਗਾ ਕੱਢੋ ਜੀ ਕੱਢੋ कराची चला काम मैं दो दिन बाद वापस आएगा तो बिस्मिल्लाह करके तशरीफ लैन ਕੁੜੀ ਮੈਨੂੰ ਵੇਖ ਲੈ ਮੈਂ ਕੁੜੀ ਨੂੰ ਵੇਖ ਲਵਾਂ ਬਸ ਠੀਕ ਹੈ ਉਹਨਾਂ ਨੂੰ ਮੈਂ ਭੇਜ ਦਿੰਨੀ ਆ ਪਰ ਆਪਣੀ ਸੋਲੀ ਚੈੱਕ ਕਰਾ ਲਾਂ ਵੱਧ ਦੀ ਜਾਂਦੀ ਕਰਾ ਲੈ ਕਰਾ ਜਾ ਲਿਆ ਬੈਠ ਫੜ ਕੇ ਮੇਰੇ ਪੁੱਤਰ ਜੀ ਅੱਛਾ ਜੀ ਮੈਂ ਹੁਣੇ ਬੈਠ ਲੈ ਕੇ ਲਿਆ ਆਪਣਾ ਗੱਲ ਸੁਣ ਲੈ ਪੱਪੂ ਆ ਘਰ ਸਾਰਾ ਬੰਦ ਕਰਕੇ ਮੋਟਰ ਸ਼ੋਟਰ ਬੱਤੀਆਂ ਬੰਦ ਕਰਕੇ ਨਾ ਜੀ ਜੀ ਤੇ ਚਾਬੀਆਂ ਲਾ ਕੇ ਤੂੰ ਆਪਣੇ ਘਰ ਚਲਾ ਜਾਈ ਤੇ ਮੈਂ ਦੋ ਕੁ ਦਿਨ ਬਾਅਦ ਕਰਾਚੀ ਨੂੰ ਆਵਾਂਗਾ ਜੀ ਤੇ ਫਿਰ ਮੈਂ ਤੈਨੂੰ ਫੋਨ ਕਰਕੇ ਸੱਦ ਲਵਾਂਗਾ ਠੀਕ ਹੈ ਸੱਦਣ ਦੀ ਲੋੜ ਕਿਹੜੀ ਹੈ ਜਦੋਂ ਅਸੀਂ ਆ ਜਾਓ ਇਸ ਗੱਲ ਦੀ ਮੈਨੂੰ ਨਹੀਂ ਸਮਝ ਆਈ कराची ਮਾਯੂਸ ਕਰਨਾ ਆਪਣਾ ਪੱਪੂ ਆਪਣਾ ਨੌਕਰ ਪੱਪੂ ਨੂੰ ਜਾਣਨਾ ਬਚਪਨ ਚ ਇਕੱਠੇ ਪਿੰਡ ਰਹੇ ਆ बचपन दी गल्लां तेरे यार बचपन यार बचपन इको जिहा अपना होया है स्कूलां दे कट्ठे जदों आपां ओवें पढ़दे सब तिन्ने इकट्ठे सी समाना सी यार जदों स्कूल दा वी की दौर हुंदा है हाय हाय याद है तेरी जो परचे हो रहे सर हाँ जो ए परचा भी साढ़े दोवे हो गया आहो नहीं ਤੂੰ ਬਾਹਰੋਂ ਫੜਿਆ ਰਿਸ ਲੈਣਾ ਤੂੰ ਬਾਹਰ ਬਹਿ ਕੇ ਗੱਲਾਂ ਚੁੱਪਣ ਡਿਆ
दरवाजे बंद कोई शोर सज्जे खब्बे कोई सड़क को तंग ना हो आपको बारे जहाज का माहौल कैसा लगा कहना बिलकुल घर वर्गा ना उठे कबूल आता ना इतने को ला चलो मैं तुम ड्रॉप कर दे मुंडा नौकर नवा आया है इन्हू कि काबू करांगा पुत्र गल सुन इधर तू आया तेरी लकड़ दी लत की तेरी मां दे सिर च मारती मैं रखनी मेरी चौकी नहीं रहे तू रखन क्यों दिता राणा साहब की कोठी पहुंच जा कत्ती 120 तेनू की ते मैनू की ते ओही भेजी जिहड़ी तस्वीर विखाई सी पिछली वारी भी तू पिंडा छोरिया तां वहादा सी मूँह उत्ते अपनी भूआ दा लाता सी मैं ओह इत्थे आ के तेरी भूआ इत्थे भूए चढ़ी रही है आ जा जल्दी कर गल सुन ना काका हाँ जी मैं ते मेरा दोस्त आ जी जी जे को कुड़ी ना आई जी ते तू तैयार रहना मैं काहे नहीं तैयार ओने तैयार रहना हर आ गया पर थके है अपने
ਕਰੇਗਾ ਬਈ ਉਹ ਤੇਰੇ ਆਉਣ ਦੇ ਖੜਾਕ ਬੜੇ ਹੋਣਗੇ ਮਸੇ ਤੇ ਮਾਇਆ ਹੁਣ ਆਉਣਗੇ ਲੜਕਿਆ ਹਾਲ ਹੈ ਮੇਰੇ ਦੋਸਤ ਬਾਜੀ ਦੇਖੋ ਕਿੰਨੀ ਬਾਰਿਸ਼ ਹੋ ਰਹੀ ਹੈ ਕੀ ਬਾਤ ਹੈ ਗੋਲੀ ਵੀ ਚੱਲਦੀ ਹੁੰਦੀ ਕੁੜੀ ਲਿਆਉਣੀ ਸੀ ਤੁਹਾਡੇ ਵਾਸਤੇ ਗੋਲੀ ਬੰਦ ਚੱਲਣੀ ਹੈ ਨਹੀਂ ਸੀ ਬਾਜੀ ਵਰਦੀਆਂ ਗੋਲੀਆਂ ਚ ਵੀ ਆਏ ਵੈਰੀ ਗੁੱਡ ਕੁੜੀ ਬੜੀ ਟੌਪ ਦੀ ਲਿਆਂਦੀ ਤੁਸੀਂ ਇਹ ਪੀਸ ਚੈੱਕ ਕਰਨਾ ਤੇ ਨਸ਼ੇ ਚ ਸਿਗਰਟ ਨਾ ਲਾਉਣਾ ਉਹਨੂੰ ਸਿਗਰਟ ਮੈਂ ਅੱਖ ਕੋਲ ਲਾਇਆ ਸਾਡੀ ਪਿਛਲੀ ਕੁੜੀ ਆਈ ਲੱਤਾਂ ਹੀ ਸਾੜਤੀਆਂ ਉਹਦੀਆਂ ਤੁਸੀਂ ਉਹ ਪਿੰਡ ਕਿੱਥੋਂ ਤੇ ਆਈਸ ਹੈ ਆਈਸ ਆਈਸ ਬਰਫ਼ ਨਹੀਂ ਹੈਗੀ ਬਾਜੀ ਦੱਸੋ ਕੀ ਆਈਸ ਐਸ਼ ਐਸ਼ ਭਾਈ ਐਸ਼ ਉਹ ਸਾਰੇ ਇੰਤਜ਼ਾਮ ਸ਼ਰਾਬ ਸ਼ੁਰੂ ਫੁੱਲ ਮਜ਼ੇ ਲੈਣੇ ਕੁੜੀ ਸੰਭਾਲ ਲੇਗੀ ਬਲਾ ਦੋ ਆ ਜਾ ਪਿੰਕੀ ਕਿਹਸਾ ਭਾਜੀ ਇੱਧਰ ਆ ਨਹੀਂ ਇੱਧਰ ਪੈਸੇ ਲੱਗੇ ਨੇ ਉਹ ਛੱਡੇ ਉਹ ਤੇਰੇ ਸੀ ਆ ਜੀ ਜਾਨ ਇਹ ਦੇਖੋ ਕੈਸੀ ਹੈ ਯਾਰ ਅੱਗੇ ਕਦੀ ਤੈਨੂੰ ਮੈਂ ਲਾਮਾ ਦਿੱਤਾ ਅਜ ਤੱਕ ਜਾਨੂ ਤੇਰੇ ਪੱਕੇ ਦੋਸਤ ਆ ਜਾਨੂ ਲੱਗ ਚੁੱਕੋ ਨਾ ਲਓ ਅੱਧੇ ਪੈਸੇ ਤੇ ਪੂਰੇ ਹੋ ਗਏ ਤੇਰੀ ਮਾਂ ਦਾ ਬੰਦਾ ਡਬਲਾ ਉਹ ਕੱਲਾ ਨੀ ਉਹਦੇ ਨਾਲ ਵੀ ਇੱਕ ਬੜੀ ਸੋਹਣੀ ਜੀ ਕੁੜੀ ਜੇ ਕੁੜੀ ਅੰਦਰ ਪਿਆ ਬੰਦਾ ਉੱਥੇ ਹੀ ਲੈ ਜਾ ਕਿੱਥੇ ਇਹਨੇ ਕਿਹਾ ਆਇਓ ਭਾਈ ਉਹ ਜਨਾਬ ਛੱਡਦੇ ਤੁਹਾਨੂੰ ਪਤਾ ਜ਼ਫਰ ਬਾਬਾ ਆਇਆ ਤੁਹਾਨੂੰ ਤੇ ਪਤਾ ਹੈ ਜ਼ਫਰ ਬਾਬਾ ਦੀ ਆਵਾਜ਼ ਚੱਲਦੀ ਹੈ ਤੁਸੀਂ ਆਪਣਾ ਨੰਬਰ ਦੇਣਾ ਮੈਂ ਤੇ ਇੱਕ ਪੀਸ ਦੇ ਕੇ ਆਇਆ ਜਨਾਬ ਕਹਿੰਦੇ ਹੁਣ ਜਨਾਬ ਕਿੱਥੇ ਹੋ ਜਨਾਬ ਕੀ ਹਾਲ ਹੈ ਤੁਸੀਂ ਗਏ ਸਾ ਪੀਸ ਲੈ ਗਏ ਆ ਯਾਦ ਕਰੋਗੇ ਤੁਸੀਂ ਪੀਸ ਦੇ ਨਾਲ ਪਿਛਲੀ ਵਾਰੀ ਚਾਹ ਲੈ ਆਇਆ ਸੀ ਤੂੰ ਯਾਰ ਇੱਕ ਮਿੰਟ ਸਬਰ ਕਰ ਲੈ ਨਹੀਂ ਉਹਨਾਂ ਨੇ ਪੈਸੇ ਖਰਚੇ ਨੇ ਕੀ ਗੱਲ ਏ ਨਹੀਂ ਮੰਨਦੀ ਮੇਰੀ ਗੱਲ ਕਰਾਓ ਜਨਾ ਨਹੀਂ ਬੁਸ਼ਰਾ ਤੈਨੂੰ ਜਿਵੇਂ ਕਹਿੰਦੇ ਉਹ ਬਣਦੀ ਕਿਉਂ ਨਹੀਂ ਤੂੰ ਮੈਨੂੰ ਜ਼ਲੀਲ ਕਰਨਾ ਇਹ ਪੁੱਛਣ ਹੈ ਕਿਸੇ ਗੰਦੀ ਨਸਲ ਦੀ ਆ ਸਾਬਰ ਦਾ ਮਾਲ ਮੰਗਾ ਲਿਆ ਭਾਜੀ ਤੁਸੀਂ ਇਹ ਜਾਣ ਲੱਗਿਆ ਘੜੀ ਪਰਸ ਲੈ ਜਾਂਦੀ ਹੈ ਤੈਨੂੰ ਪਤਾ ਨਹੀਂ ਸਾਬਰ ਦਾ ਮਾਲ ਮਿੱਠਾ ਹੁੰਦਾ ਕੈਸੀ ਲੜਕੀ ਹੈ ਉਹ ਤੈਨੂੰ ਕਿਹਾ ਸੀ ਕੁੜੀ ਲਿਆ ਤੂੰ 18 ਡੰਡੇ ਵਾਲੀ ਪੌੜੀ ਲੈ ਆਇਆ ਥੋੜੀ ਜੀ ਪਾ ਲੈਣੇ ਨੇ ਤੈਨੂੰ ਪਤਾ ਮੇਰੇ ਕੋਲ ਨੀਟ ਪਾਣੀ ਨੀ ਪੀਤਾ ਜਾਂਦਾ ਲੈ ਪੁਣ ਨਹੀਂ ਯਾਰ ਪੀਓ ਪੀਓ ਖੁੱਲ ਕੇ ਪੀਓ ਥੋੜੀ ਆ ਪੀਣੀ ਨਹੀਂ ਇਹਨਾਂ ਕੋਟ ਧੋ ਲੈ ਓਏ ਪੱਪੇ ਓਏ ਨਾ ਨਾ ਜੀ ਹਾਂ ਜੀ ਓਏ ਕਸਮ ਜੀ ਤੂੰ ਵੀ ਉਹ ਨਹੀਂ ਭਾਜੀ ਮੈਂ ਨਹੀਂ ਕਦੀ ਪੀਤੀ ਮੈਂ ਤੇਰੇ ਚੰਡ ਮਾਰਨੇ ਨਾ ਦੌੜ ਜਾਣਾ ਭਾਜੀ ਮੈਂ ਚੱਲ ਪੀਰਾ ਜਦੋਂ ਅਸੀਂ ਯਾਰ ਸੱਜਣ ਕਹਿ ਰਹੇ ਆ ਪੀ ਰਾਣਾ ਸਾਹਿਬ ਨੂੰ ਮੈਂ ਦੱਸਿਆ ਨਹੀਂ ਦੱਸਦੇ ਆਸਤਾ ਆਸਤਾ ਪੀਣੀ ਹੈ ਇੱਕ ਮਿੰਟ ਯਾਰ ਪਿਛਲੀ ਵਾਰੀ ਵੀ ਤੂੰ ਉਲਟੀ ਅਗਰ ਲੱਗ ਗਈ ਸੀ ਨਹੀਂ ਨਹੀਂ ਇਹ ਜਿੱਡੀ ਲੰਮੀ ਇਹਨੂੰ ਦੇਰ ਨਾਲ ਚੜ੍ਹਨੀ ਹੈ ਪੂਰੀ ਰਾਤ ਪਈ ਆ ਤੈਨੂੰ ਪਹਿਲਾਂ ਹੀ ਚੜ ਗਈ ਭਾਜੀ ਮੇਰਾ ਘਰ ਨੀ ਮੇਰਾ ਘਰ ਨਹੀਂ ਨਹੀਂ ਰਾਣਾ ਸਾਹਿਬ ਘਰ ਤੇ ਤੁਹਾਡਾ ਹੀ ਉਹ ਸਾਲ ਗਿਰਾ ਸੀ ਤੇ ਮਹਿਮਾਨ ਫਿਰ ਮੈਂ ਇੱਥੇ ਬੁਲਾ ਲਏ ਸਨ ਪਾਸ਼ਾ ਇਹ ਤੇ ਤੂੰ ਮੇਰਾ ਇਤਮਾਦ ਉੱਠੇ ਸੱਚਾਈ ਯਾਰ ਮੈਂ ਤੇ ਤੇ ਯਕੀਨ ਕੀਤਾ ਇਤਮਾਦ ਕੀਤਾ ਕਿ ਤੂੰ ਮੇਰਾ ਬਚਪਨ ਦਾ ਦੋਸਤ ਹੈ ਤੇਰੀ ਖੁਸ਼ੀ ਹੈ ਤੇ ਮੈਂ ਯਾਦ ਦਿੱਤੀ ਕਿ ਤੂੰ ਮੇਰੇ ਆਪਣੇ ਘਰ 'ਚ ਖੁਸ਼ੀ ਮਨਾ ਲਾ ਤੇ ਤੂੰ ਮੇਰੇ ਘਰ ਨੂੰ ਯਾਰ ਫਾਸ਼ੀ ਦਾ ਅੱਡਾ ਬਣਾ ਤਾ ਉਹ ਖੁਦਾ ਦਾ ਖੌਫ ਖਾਓ ਯਾਰ ਪੂਰੇ ਮਨ 'ਚ ਮੇਰੀ ਇੱਜ਼ਤ ਹੈ
मैं तुरिया जाता वहां तिया भैं मैं वे सिर से दुपट्टा ले लें कि राणा साहब आ रहे हैं किसी सजे खबे पता लगा तो मेरी तो मेरी इज्जत नहीं रहेगी। अपना सारा कुछ इंतजाम चुको अपना सारा कुछ लो तो निकलो यार मैंने बारे च नहीं मैं तुम दस दिया कुड़िया तेन वेख के सिर तो दुपट्टा तो इसलिए लेंदियां ने कि तू उन जुआं खा जाना। अच्छा बंदा जिन्या मर्जी सराई गल करते मैं फ्री कोई नहीं होने देना शरीफ आदमी ने करके गुस्सा तो तुम वापस ले जाओ फिर कितने बुला लेंगे पैसे तो गल गए मेरे पैसे तो आए कुड़ी आ गई हूं तुम नाइट पै गई है सानू गाला कड़ी जान दे कबर च की जवाब दोगे जाके हुण की होया जे यार बार बारिश पैण दई है धुंध पैण दई है रात निकल के स्लिप होके गए ट्राले थले आके मर गए कौन जिम्मेदार है मैं तो यार सवेरे जाना भाई मेरा जिन्ना मर्जी गेड़ा दे ला पर थोड़ा जा आस्था दे ला यार देखो तुम फिर मेरी एक गल बननी पेगी मेरी गल तुम अमल करोगे तो सुही रहोगे सारे पहले अपने मोबाइल जमा कराओ क्यों वो फिर लोग फिल्मा बना के सुन देंगे राती राणा टोने साले से यकीन करो मैं अपना भा पहली बार अजे साला कहना मैं पीना नहीं राणे की शराफत आस्ता आस्ता जिहड़ियां कुड़ियां सिर ते दुपट्टा लै लैंदियां उन्हां नूं की कहोगे हेलो राणा साहब इस तरह भी जिम्मे मरी का रस्ता नहीं बन दी जान डे कभी नहीं पीती गिलास इन सुटे अंदर जिम्मे राणा पाटा है बस पाशा
जिन्नी मर्जी मेहनत कर लो और जो भंगड़े को डांस को मैं तेरे ना नहीं टकराना तू मेनू कंजर गया मैं खानदानी बना और तू मेनू कंजर गया मेरी बिस्ती की मतलब कन जर जो कन च सुन के जर जावे ओनू कहंदे ने कंजर छित्र मारने जिथे तू दसना भी नहीं किसी नु होश कर कल तेरी मखनी
ਆਉਣਾ ਛੇ ਸੱਤਾਂ ਚੋਂ ਇੱਕ ਆਪੇ ਹੀ ਦੱਸਣ ਦੇ ਆ।
अपनी बीवी ना मोटरसाइकिल ते जा रहे हैं कि पिछो एक बंदे ने बीवी नु कहा बाजी पिछो कमीज चुक ला कहती मैं नहीं चुकनी नाल मेरे बंदा बैठा अपनी भैन मोटरसाइकिल ते लैके जा रहा मैं आवाज दी मैं कहा मशूक ही ना मशूक होएगी तेरी मेरी तो भैन ही मेरे मोबाइल चो मेरी मशूक का नंबर कट के सारी रात अपनी भैन नू बंदे SMS करता रहा नहीं जो भी है अच्छा ओके एक बंदा जलेबियां कट रहा नु तीर में देख के कहता इत्थे भी टैटू बना दे पहली यारी मोटरसाइकिल लिया ते हेलमेट पाया ते भुल गया बिच ही थुकता किथे थुकता मैं तेन जुगत की थी है। की? तू पहली यारी मोटरसाइकिल लिया मैं हाँ ते हेलमेट पाया हेलमेट किन्ने पाया तू पाया हेलमेट किन्ने पाया तू पाया राती मन नहीं ना लिहाज कर रहे तू यार तू दा होया की गल की और नखत्ती दिया मैं तेन सिर्फ जुगत की थी सी की मतलब पहली बारी मोटरसाइकिल लिया मैं हेलमेट पाया अच्छा भूल गया अच्छा बेच ही थुकता जे मैं हेलमेट पाया तो फिर बेच ही किवें थुकिया गया तेरा जेल कम नहीं कर रहा ओवर गल ही होना नहीं नहीं वो सही सी गल की है ओ गल की है अब तेरी भैन निकल गई है जुगत की थी तू मेरा सीरियस ही हो गया अच्छा जुगत जुगत सी अच्छा साइकिल वाली हेलमेट पाया भूल गया थुकता शरीफ आदमी सारे बंदे जनाजा लेके जा रहे उधरों मोटरसाइकिल लेके जनाजे च मारी उन्होंने जनाजा रख के इन्हू कुटिया कुट खा के बाद कंध लै जिदे च बचिया वो तो बोलन नहीं दिया सबसे भी गया जनाजे ते अच्छा ये जनाजे ते गया तो मौलवी साहब नहीं आया उन्होंने इन क्या भाजी तुम जनाजा पढ़ा दो फिर आ साले ने ईद पढ़ाती नारे लोग मिट्टिया पाओ नाले जफिया पाओ नाले कहना वो मुबारक हो बड़ा अफसोस होया मैं कह सुनो थैंक यू मैं भाई जी जा रहा सा अपनी ड्यूटी खत्म करके थैंक यू मैं कपड़े लाए तो उन्होंने मैं कहा भी आ रहा आखिरी डिलीवरी दे आ डिलीवरी मैं घर से जाके ना डिलीवरियां करना दाई के दस्ताने होंगे ने मैं घर से जाके डिलीवरियां करना कल मैं एक डिलीवरी की थी हूँ कितने कितने ही आप ही पूछ रहे और मैं तो एक साल पहले एक डिलीवरी की थी घर चो ओद पुत्र होया तो कितने ही थैंक यू पिज्जा रख लो मैं पैसे भी चाहिए अच्छा जी बस इनू मैं ना शॉप ते भेजो चल नहीं बदतमीज से लड़ेगी तेरे नाल मेरा बेड़ा कर दे वे तेरा खाना खराब हो जे ओ तेरे दोवें ही खाने खराब हो जाने ओ तेरे दोवें ही खाने खराब होना तेनू पता लगे बेरोजगारी शै की है ओ तेनू लाजा चौकीदार पिछली असी नाले अगली
ਨਾਲ ਮੈਂ ਲੈ ਜਾਣਾ ਅਗਲੀ ਸੀਟਾਂ ਵਾਲੇ ਤੈਨੂੰ ਲੈ ਜਾਣ ਸੈਂਟਰ ਵਾਲੇ ਉੱਥੇ ਦੇ ਵੀ ਨਹੀਂ ਖੜਿਆ ਆਪ ਹੀ ਟੁਰ ਗਏ ਆ ਰਾਣਾ ਸਾਹਿਬ ਆ ਨਵੀਂ ਟੈਨਸ਼ਨ ਇੱਥੇ ਬਣ ਗਈ ਕੁੜੀ ਮਰ ਗਈ ਸਾਡੇ ਸਿਰ ਸਿਆਪਾ ਪੈ ਗਿਆ ਜੀ ਜੀ ਰਾਣਾ ਸਾਹਿਬ ਪੁੱਤ ਗਲੀ ਚ ਵੇਖ ਗਲੀਆਂ ਹੋ ਜਾਣ ਸੁੰਜੀਆਂ ਵਿੱਚ ਸਾਡੀ ਲਾਸ਼ ਫਿਰੇ ਤਮਾਸ਼ਬੀਨ ਉਹ ਕੁੜੀ ਨੱਚਣ ਵਾਲੀ ਸਦਰੀ ਸੀ ਤੁਸੀਂ ਮਰਨ ਵਾਲੀ ਸਦਰੀ ਹੁਣ ਨੱਚਣ ਵਾਲੀ ਪੈਂਦੇ ਚੈੱਕ ਕਰਦੇ ਬਹੁਤ ਲਵਾਈ ਪਤਾ ਨੀ ਰੋਡ ਤੇ ਰਹਿੰਦਾ ਰਾਣਾ ਮੇਰੇ ਭਰਾ ਦੀ ਛਤਰ ਸਹਿ ਲੈ ਲਓ ਪਿੱਛੇ ਪਿੱਛੇ ਕਿਸੇ ਧਿਆਨ ਨਾ ਨਹੀਂ ਨਹੀਂ ਹੋ ਜਾ ਮਰੀ ਇਹ ਨੱਕ ਨਹੀਂ ਟੁੱਟਾ ਦੇ ਰਾਣਾ ਸਾਹਿਬ ਕੋਣੀ ਤੁਹਾਡੇ ਦੋਸਤ ਬਰਕੀ ਸਾਹਿਬ ਉਹ ਆਏ ਨੇ ਓਏ ਯਾਰ ਪੁਲਿਸ ਆ ਜੇ ਕੋ ਬੱਤ ਨਹੀਂ ਦਿਲਾ ਕਰਨਾ ਇੱਧਰ ਹੋ ਜਾਓ ਉਹ ਬੁਲਾ ਤੁਮ ਸੱਕ ਲੀਏ ਨੇ ਨਸੀ ਆ ਨਹੀਂ ਤੇਰੇ ਪਿੱਛੇ ਸ਼ਬਕ ਜੀ ਮਾ ਚੜਿਆ ਹੁੰਦਾ ਦੇਖੋ ਮੈਂ ਕਲੀਅਰ ਸੋਚ ਰਹੀ ਹਾਂ ਕਲੀਅਰ ਹੈ ਸਰ ਹਾਂ ਕਲੀਅਰ ਕਲੀਅਰ ਜੀ ਸਰ ਆਲਵੇਸ ਕਲੀਅਰ ਯੈਸ ਸਰ ਮੈਨੂੰ ਸਕਿਉਰਿਟੀ ਕਲੀਅਰ ਕਰਦੀ ਤੇ ਮੈਂ ਜੀਪ ਤੋਂ ਥੱਲੇ ਪੈਰ ਲਾਉਣਾ ਅੱਛੀ ਗੱਲ ਏ ਇੱਕ ਦਿਨ ਇਹਨੇ ਮੈਨੂੰ ਕਲੀਅਰ ਨਾ ਕੀਤਾ ਮੈਂ ਥੱਲੇ ਉਤਰ ਆਇਆ ਬੱਚਿਆ ਘੇਰ ਲਿਆ ਮੈਨੂੰ ਕੋਈ ਆਖੇ ਕਾਲਾ ਬੰਬ ਕੋਈ ਆਖੇ ਕਾਲੀਆਂ ਇੱਟਾਂ ਕਾਲੇ ਰੋਡ ਮੀਂਹ ਵਸਾ ਦੇ ਰੋਡ ਰੋਡ ਇੱਕ ਵਿੱਚੋਂ ਬੱਚਾ ਕਹਿੰਦਾ ਭਾ ਅੰਦਰ ਹੋ ਜਾ ਸਾਡੇ ਤੇ ਵੀ ਬਿਜਲੀ ਸੁਣਨੀ ਹੋ ਬੱਚੇ ਮੰਨ ਕੇ ਸੱਚੇ ਇਹ ਜਰਾ ਮੈਨੂੰ ਕਲੀਅਰ ਕਰ ਦਈਏ ਅੱਛਾ 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 ਇਹਦੇ ਤੋਂ ਕੋਈ ਗੁਸਤਾਖੀ ਲਈ ਜਿਹਨੇ ਹੱਥ ਬੰਨੇ ਨਹੀਂ ਸਰ ਤੁਹਾਡੇ ਇਤਰਾਮ 'ਚ ਖਲੋਤੇ ਹੈ ਸਰ ਤੁਸੀਂ ਪੁਲਿਸ ਵਾਲੇ ਹੋ ਤੇ ਉਹਦੇ ਉੱਤੇ ਬਹਿ ਕੇ ਮੁਜਰਮ ਫੜਨ ਜਾਂਦੇ ਹੋ ਜੀ ਬੜੀ ਗੱਲ ਕੀਤੀ ਆ ਗਿਆ ਪਰ ਕੀ 12 ਮਸਾਲਿਆਂ ਵਾਲਾ ਲਓ ਜੀ ਤੁਸੀਂ ਕਹਿੰਦੇ ਪੁਲਿਸ ਵਾਲਾ ਹੈ ਤੁਹਾਨੂੰ ਛੋਲੇ ਵਾਲਾ ਅੱਜ ਕੈਦੀ ਕਰ ਲਿਆ ਮਾਹੀ ਨੂੰ ਰਾਣਾ ਸਾਹਿਬ ਹਾਂਜੀ ਹੋਰ ਸੁਣਾਓ ਕੀ ਹਾਲ ਹੈ ਰਾਣਾ ਸਾਹਿਬ ਇਹ ਬਰਕੀ ਸਭ ਰਹਿੰਦੇ ਕਿੱਥੇ ਨੇ ਇਹ ਪੁੱਤਰ ਇਹ ਬਰਕੀ ਟੱਪ ਕੇ ਨਾ ਜੀ ਜੀ ਅੱਗੇ ਆਂਦਾ ਬੇੜਾ ਕਰਕੀ ਤੇ ਉਸ ਤੋਂ ਕੇ ਚੌੜ ਚੱਕ ਠੜਕੀ ਜੀ ਕਿੱਥੋਂ ਤੈਨੂੰ ਹਾਈਡਰੋਜਨ ਦੀ ਬੋ ਆਵੇ ਨਾ ਉੱਥੇ ਬਰਕੀ ਸਾਹਿਬ ਬੈਠੇ ਨੇ ਇਹ ਕੌਣ ਨੇ ਇਹ ਤੇ ਹੋ ਗਿਆ ਨਾ ਨੌਕਰ ਪਰ ਬਈ ਪਰ ਇਹਦਾ ਮੱਥਾ ਹੀ ਦੱਸਦਾ ਨੌਕਰ ਇਹ ਹਾਂ ਹਾਂ ਬੜੇ ਮੀਡੀਅਮ ਦੇ ਦੋਸਤ ਨੇ ਤੁਹਾਡੇ ਬੜੇ ਤੁਸੀਂ ਲਕਸ਼ਮੀ ਚੌਕ ਸੰਘਾੜੇ ਨੀ ਵੇਚਦੇ ਗੱਲ ਤੂੰ ਬਹੁਤ ਚੰਗੀ ਕੀਤੀ ਏ ਲੇਕਿਨ ਮੂੰਹ ਨੂੰ ਕੀ ਕਰਨਾ ਨਾ ਪਾਗਲ ਜਿਹਾ ਸੰਘਾੜੇ ਵੇਚਦੇ ਨੇ ਉਹ ਖਰਬੂਜ਼ੇ ਵੇਚਦੇ ਨੇ ਇਹਨਾਂ ਦੇ ਹੱਥ ਚ ਆ ਕੇ ਸੰਘਾੜੇ ਹੋ ਜਾਂਦੇ ਨੇ ਅੱਲਾ ਨੇ ਚੱਲ ਜਾ ਪਰਕੀ ਸਾਹਿਬ ਆਏ ਨੇ ਇਹ ਕਰਾਚੀ ਆਏ ਨੇ ਇਹ ਤਾਂ ਮੈਨੂੰ ਲੱਗਦਾ ਅੰਦਰੂਨ ਮਾਈ ਦੀ ਚੁੱਕੀ ਦੇ ਨੇ ਪਰਕੀ ਸਾਹਿਬ ਆਏ ਨੇ ਛੋਟੇ ਭਾਈ ਦੇ ਕੋਫਤੇ ਲੈ ਕੇ ਆਣ ਚੱਲ ਲੈ ਗਿਆ ਬਹਾਦਰੀ ਨਾਲ ਤਲੇ ਕੇ ਸਾਡਾ ਮੋਟਰਸਾਈਕਲ ਤੇ ਭਾਵੇਂ ਇੱਧਰ ਡਿੱਗ ਪਈ ਇੱਧਰ ਡਿੱਗ ਪਈ ਸਾਨੂੰ ਕੁਛ ਨਹੀਂ ਹੁੰਦਾ ਤੇ ਜਨਾਬ ਮੈਂ ਤੁਹਾਡੇ ਨਾਲ ਗੱਲ ਕਰਕੇ ਆ ਗਿਆ ਸਰ ਰਾਣਾ ਸਾਹਿਬ ਜੀ ਜੀ ਜਨਾਬ ਕਿ ਤੁਹਾਡੀ ਤਨਹਾਈ ਮੇਰੇ ਕੋਲ ਵੇਖੀ ਨਹੀਂ ਜਾਂਦੀ ਆਖਰ ਮੈਂ ਤੁਹਾਡਾ ਦੋਸਤ ਹਾਂ ਬਸ ਮੈਂ ਕਿਹਾ ਗਿਆ ਸਾਂ ਕਿ ਆਪਣੀ ਸਾਲੀ ਨਾਲ ਤੁਹਾਡਾ ਵਿਆਹ ਕਰਨਾ ਹੈ ਉਹ ਮੈਂ ਬਸ ਇਸੇ ਗੱਲੋਂ ਪਰੇਸ਼ਾਨ ਸੀ ਕਿ ਤੁਸੀਂ ਮੇਰੇ ਰਿਸ਼ਤੇ ਦੀ ਗੱਲ ਆਪਣੇ ਸਹੁਰਿਆਂ ਨਾਲ ਕਰੋ ਉਹਨਾਂ ਨੇ ਇਨਕਾਰ ਕਰਤਾ ਤੇ ਫਿਰ ਕੀ ਗੱਲ ਰਿਸ਼ਤਾ ਦੇਣ ਨਾ ਦੇਣ
नहीं जी एडी परेशान होने की गल है जिन्ना मैनू देता तुम दे नच रही सन बस जो लाड़ा वेखे उन्हें कंजर जरूर पर एडा गंदा काम नहीं अभी कर दे तो लड़ाई नहीं पाई मैं ना करो तड़ी बर्दी अच्छा अपना बाकी सब आए जनाब सलामिया पाई दो तीन ने मैं अपना पूरा टब्बर लेके आया साली ससुर प्यो बरकी साहब मैं पता लगा भाई अहमद बॉक्सर साहब भी आ रहे हैं लेकिन कले आ गए कोई गल हूं इतो अ चलना उन्होंने मिलने ठीक है तो बाकी कितने रिश्तेदार लो जना आदि बंदर सुट के निकल लग पे बड़ी गल है लुत्फे तो नसल शुरू होती है तो शुरू हुई जिन्नी चादर हो गए ना उन्हें पैर फराई दे करिए और सोच ला तेरी तो चादर भी इनी के तू पड़वा पैनी है लेकिन चलो इन महंगाई है ਲੋ ਜੀ ਗੱਲ ਕਰੋ ਉਹ ਸ਼ਾਦੀ ਦੀ ਮਾਸ਼ਾਅੱਲਾ ਆਮ ਬੰਦਿਆਂ ਨੇ ਮੁੱਛਾਂ ਰੱਖੀਆਂ ਹੁੰਦੀਆਂ ਨੇ ਹਾਂ ਆ ਪਹਿਲਾ ਬੰਦਾ ਪਹਿਲੀਆਂ ਮੁੱਛਾਂ ਜਿਹਨੇ ਬੰਦਾ ਰੱਖਿਆ ਅਰੇ ਤੂੰ ਇੰਨੀਆਂ ਗੱਲਾਂ ਕਰਨੇ ਖਾਣਾ ਖਰਾਬਾ ਹਾਂ ਓਏ ਤੂੰ ਨਾ ਛੋਟਾ ਵੇ ਨਾ ਵੱਡਾ ਵੇ ਹਾਂ ਸਾਰਿਆਂ ਨੂੰ ਪਤਾ ਕਿ ਮੈਂ ਛੋਟਾ ਹਾਂ ਮੈਂ ਛੋਟਾ ਹਾਂ ਇਹਦਾ ਗੱਦ ਪੂਰਾ ਸਾਰਿਆਂ ਨੂੰ ਪਤਾ ਅੱਛਾ ਓ ਤੂੰ ਨਾ ਛੋਟਾ ਨਾ ਵੱਡਾ ਤੂੰ ਖੁਸ਼ ਰਹਿ ਖੁਸ਼ ਰਹਿ ਵੀ ਹੋ बिल्लियां बह के डाके मारन आले अमरना बह आए करना
ਸਾਡੀ ਵੀ ਸ਼ਾਦੀ ਹੋਈ ਜਿਹੜੀ ਹੋਈ ਜਦੋਂ ਇਹਨਾਂ ਦੀ ਸ਼ਾਦੀ ਹੋਈ ਹੈ 20 ਸਾਲ ਦੀ ਉਮਰ ਚ ਇਹ ਵੀ ਲਾੜਾ ਬਣ ਕੇ ਬੈਠੇ ਕੁੜੀਆਂ ਦੁੱਧ ਪਿਉਣ ਆਈਆਂ ਇਹਨਾਂ ਨੂੰ ਫਿਰ ਰੌਲਾ ਪਾਤਾ ਮੈਂ ਫੀਡਰ ਚ ਪੀਣਾ ਮੈਂ ਫੀਡਰ ਆ ਬਰਕੀ ਸਾਹਿਬ ਤੁਸੀਂ ਵੀ ਕਦੀ ਫੀਡਰ ਪੀਤਾ ਹੁੰਦਾ ਹਾਂ ਤੇ ਅੱਜ ਜੋ ਤੁਹਾਡੇ ਮੂੰਹ ਦਾ ਨੂਰ ਹੈ ਇਹ ਨਾ ਹੁੰਦਾ मेनू जिस बंदे ने वीडियो फिल्म बनाई है वो गरीब के गोडे चले गए सारे वो किस तरह इंज ते बनाई सारी और लाड़ा लब लब के फिल्म बना रहे हैं हाँ। अपने गोडे लत्ता छिलिया गई बस कमरे च वड़े इहदी बीवी ने सैला वाला जहाज थले छड़ता जहाज पेटी थले वड़ गया सारे रात जहाज ही कढ़दा रहा लाचा बन के बाहर निकल जाना बेबे इन्होंने परेशान होना फिर रोज रोटियां पौना गायब होंगे खाड़े चलावा फिर भी थकदा अगर बैठक बैठक चलावा फिर पंजनी बैठक बाद फिर जाता नहीं ਮੁੰਡਾ ਵੇਖੋ ਫਿਰ ਮੰਗਣੀ ਕਰੋ ਨਹੀਂ ਸਿੱਧਾ ਹੀ ਬਣਵਾਈਆ ਵਾਹ ਜੀ ਵਾਹ ਛੋਟੇ ਪੈਗ ਨੇ ਬਣਵਾਈਆ ਹਾਂ
ਲਓ ਜੀ ਵਿਆਹ ਤੋਂ ਗੱਲ ਹੀ ਆ ਗਈ ਐ ਵੇਖੋ ਜੀ ਰਿਸ਼ਤਾ ਠੀਕ ਹੈ ਜੀ ਜੀ ਉਹਨੂੰ ਪੁੱਛੋ ਨਾ ਜੀ ਮੇਰੇ ਨੂੰ ਮੈਂ ਕਿਹਾ ਜੀ ਰਾਜਾ ਸਾਹਿਬ ਵਿਆਹ ਕਰਨਾ ਤੁਸੀਂ ਮੇਰੇ ਨਾਲ ਹਾਂ ਜੀ ਵਿਆਹ ਐਡਰੈਸ ਉਹ ਸੁਹਾਗ ਵਾ ਤੁਸੀਂ ਕੀ ਪਾਓਗੇ ਟਾਈਮ ਲੱਗਾ ਤਾਂ ਮੈਂ ਤੈਨੂੰ ਖਸ਼ ਪਾਵਾਂ कढ़ाई थले चक्कर ला के आगे कहता उस्ताद जी दुकान बंद फांसी हुई बच गया अच्छा रस्सा उच्चा सी लो जी फिर रिश्ता पक्का तैयारियां करो थैंक यू क्या होएगा कि टीवी भी देनी जे टीवी भी देना जे सारा कुछ जेच देना दे सब कुछ मिलेगा आ जाओ जी चलो चलो अब्बा जी आओ मैं शापर के बाद जा रंग दे मैं तुम्हें दुकान पर चीज ला के देना इंग्लैंड जाओ फिर फिर बचे कि अमर जे ना हो अब्दुल जराफा होना एडी लम्मी कुड़ी साडे लई दुआ करेगा तेरी छेती पहुंचेगी इत्थे रख के कर जरा और दस ਮੇਰੀ ਮੰਗੇਤਰ ਕਿੱਥੇ ਵੇ ਮੇਰਾ ਬਦਮਾਸ਼ ਅਸੀਂ ਮਜਬੂਰ ਆ ਇਸ ਗੱਲ ਤੋਂ ਤੂੰ ਮੇਰੀ ਮੰਗੇਤਰ ਨੂੰ ਰਾਤ ਦਿਨ ਉਹਦੇ ਕੋਲ ਡਿਊਟੀਆਂ ਕਰਾਣਾ ਦਿਹਾੜੀ ਲਾਣਾ ਨਾਲ ਉਹਨੂੰ ਪੈਸੇ ਦੇਣਾ ਇਹ ਮੇਰੀ ਇੱਜ਼ਤ ਮੇਰੀ ਗੈਰਤ ਗੁਆਰਾ ਨਹੀਂ ਕਰਦੀ ਮੇਰਾ ਤੇ ਉਹਦੇ ਕੋਲ ਰਾਤਾਂ ਨੂੰ ਕੰਮ ਕਰਾਣਾ ਬੰਦ ਕਰ ਦੇ ਮੇਰੀ ਬਦਮਾਸ਼ੀ ਕੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਦੱਸ ਦੱਸ ਕੀ ਕਹਿ ਰਹੀ ਹੈ ਮੇਰਾ ਬਦਮਾਸ਼ ਅਸੀਂ ਮਜਬੂਰ ਆ ਕਿਸ ਗੱਲ ਦੀ ਮਜਬੂਰੀ ਹੈ ਤੇਰੇ ਤੇ ਮੇਰਾ ਬਦਮਾਸ਼ ਅਸੀਂ ਕਿਸੇ ਦੇ ਪੈਸੇ ਦੇਣੇ ਨੇ ਓਏ ਤੇਰੇ ਸਾਰੇ ਪੈਸੇ ਮੈਂ ਦੇਵਾਂਗਾ ਲੇਕਿਨ ਤੂੰ ਉਹਨੂੰ ਰਾਤਾਂ ਕੋਲ ਉਹਦੇ ਕੋਲ ਗੰਦੇ ਕੰਮ ਨਾ ਕਰਾ ਕਿੰਨੇ ਪੈਸੇ 2 ਕਰੋੜ ਰੁਪਈਆ ਹਾਂ ਉਹ 6 ਕੁ ਮਹੀਨੇ ਹੋਰ ਕਰਾਈ ਬਸ ਉਹਦੇ ਕੋਲ ਯੱਕ ਤਾਂ ਬਗੈਰਤ ਕਿੱਥੇ ਗਈ ਹੀਰਿਆ 6 ਕੁ ਮਹੀਨੇ ਮੈਂ ਆਫਿਸ ਹੋ ਕੇ ਕਰ ਲਾ ਕੱਢ ਲਾਂਗਾ ਮੈਂ ਹੋਰ ਗੈਰਤ ਵੇਖਾ ਭੁੱਖ ਕਿੱਦਾਂ ਕਰਦੇ ਹੋ ਕੁੜੀ ਦਾ ਇਹੋ ਜਿਹੀ ਕੁੜੀ ਦੇ ਬੱਚੇ ਕਦੀ ਬੱਚੇ ਨਲਾਇਕ ਹੁੰਦੇ ਨਹੀਂ ਘਰੋਂ ਬਾਹਰ ਜਾਂਦੇ ਨਹੀਂ ਉਹ ਕਿ ਬੈੱਡ ਤੇ ਵੀ ਲੇਟ ਹੀ ਹੋਵੇ ਬੱਚਾ ਬਾਹਰ ਦੇ ਬੂਹੇ ਕੋਲ ਉੱਥੋਂ ਕਿ ਚਲੋ ਅੰਦਰ ਚਲੋ 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 ਮੇਰਾ ਤੂੰ ਉਤਰਾ ਕੇ ਲੈ ਆਉਂਦੀ ਇਹਨਾਂ ਨੂੰ ਕੀ ਕਦਰ ਹੀਰੇ ਬਦਮਾਸ਼ ਦੀ ਦੱਸ ਦਾਤੇ ਹੀਰਾ ਬੱਬਰ ਸ਼ੇਰ ਹੀਰੇ ਦੀ ਬੁੱਢੀ ਕਹਿੰਦੀ ਜਾਨੂ ਘਰ ਪਰਾਉਣਾ ਆ ਗਿਆ ਮੈਂ ਦਾਲ ਪਕਾਈ ਭੱਜ ਕੇ ਗੋਸ਼ਤ ਫੜ ਲਿਆ ਹੀਰਾ ਕਹਿੰਦਾ ਛੱਡ ਤੂੰ ਕਿਚਨ 'ਚ ਭਾਂਡਾ ਸੁੱਟੀ ਮੈਂ ਤੈਨੂੰ ਪੁੱਛਾਂਗਾ ਤੂੰ ਕੀ ਗੋਸ਼ਤ ਡੁੱਲ ਗਿਆ ਮੈਂ ਕਹਾਂਗਾ ਦਾਲ ਪਕਾ ਅੰਦਰੋਂ ਭਾਂਡਾ ਡਿੱਗਾ ਹੀਰਾ ਬਦਮਾਸ਼ ਕਹਿੰਦਾ ਕੀ ਹੋਇਆ ਕਹਿੰਦੀ ਅੰਨੀ ਦਿਆ ਦਾਲ ਵੀ ਡੁੱਲ ਗਈ ਏ ਅਫਸੋਸ ਕਰੋ ਇਹਦਾ ਉਹ ਕਿਉਂ ਇਹਦਾ ਪਿਓ ਮਰ ਗਿਆ ਤੇ ਮਸੀਹ ਤੋਂ ਮੰਜਾ ਹੀ ਨਹੀਂ ਲੱਭਾ ਇਹਨੂੰ ਜਨਾਜ਼ਾ ਲੈ ਗਏ ਆਪਣੇ ਚਾਰ ਪਾਵੇ ਫੜਦੇ ਪਿਓ ਦੇ 6 ਪਾਵੇ ਫੜੇ
सारे कह रहे कलमा शहादत है, कला कही जरा सेंटर पाकर सेंटर पाकर। हीरा तेरी ता इज्जत करेगी, तू बब्बर शेर है। सही दस। क्या बात है बब्बर शेर। लगता शेर ने भंग पी ली अज। हीरा कब्र कब्रस्तान पानी तराऊ करा मैं, कही बदमाश नाल दी कब्र ते भी तराऊ। कहता उन्हें अजय साफन लाया कैंची चप्पल पा के खुशिया की दुकान से चल गया। कहता भाजी खुशा कर दो, कहता 1500 का। घबरा गया तो 100 रुपया कट के, फिर कहता ए फिर छत पा दे कैंची चप्पल तो कहना सरिया तुलना उन्हें अभी गया बस। बब्बर शेर हीरा बदमाश जंग चौंग च मार पै रही। मैं क्या की है पता, कहता असं कड़ाई च मच्छी तल रहे हैं, साड़ी कड़ाई च कुंडी सुट के खलोता है। हीरा बदमाश है मासूम शहजादा। अच्छा जी, इसे अपने सके प्यो का कन्न वड के मोबाइल वाली दुकान से जा कहता है ए नाम की हैंडफ्री दे दे। उंज जाके हैंडफ्री चल। हीरा बदमाश तेन दसना सी कि तेरी की है भाई। मैं कहता मैं थोड़ी जी फीम दे, मैं किसी ने देनी है। मैं क्या पहला बंदा जोड़ा खा के दे रहे है भाई जी। जी तभी गल का बुरा तो नहीं मनाओ। नहीं जी, तुम लक्ष्मी चौक वाली साइड पर नहीं जाना। क्यों भाई? जो जो ता मूह ने तुम डड्डू समझ के सुआरमे च पा लेना। जो एवं एक इतलाह जी दी है मैं। और दस चुम्मी लैन जाए पिछो गेर निकल जाता दूर पता मोटरसाइकिल गेर निकल जाते सारे। हीरिया तू इन छेरी मशूक नालमान ने मार दिता मार दिता पहले पता क्योंकि तेरे को फड़िया नहीं जाना। देखो की हीरा साढ़े कुछ चार मन का छापा पिया जे मैनू। मैं कह रही नसी ना। ओए मेरे हुंदे बिलकुल ना नसी। देखो बाजार चलो चलो बाजार च मैं फट के ले जान कितों है तो बाजार च मेरी बदमाशी की इज्जत रहेगी कि हीरे को फट के ले जा रहे। आओ जी बात ये चंगा भला एस एच होगा सी। हाँ। ये एस पी साहब ने सफाई किया। वो क्यों? इन्हू क्या चाह लैके चाह लैन दिया लिया कप्पा च भी नाल ही पाई लिया है। बुखार नहीं ना चढ़ाना तू मैं ईजी ला रहा। मैं वैसे तेरे नाल नाल चलना। अच्छा जी, तेनू मेरा पता नहीं? हवालदार चौधरी मलक लियाकत जट कौम राय। फिर अम्मी और मंजी चौंक च ही मलक की पूरी पावा ते टोटे टोटे कर दिया। ते मैं तेरे घर का चक्कर लावा ते छोटे छोटे कर दिया। बड़ी जिथो तू फड़े इथो ही मैं फड़ना मेरे ते परचा। बाथरूम भी जाया करो। मजबूरी च कीती है। मेरा जिहड़ा खावन है ना वो मैनू इन्नी जी भी खुशी नहीं देता। जो भी है आखिर तेरा बजाजी खुदा है तेरे सिर का ताज है माशरे चो इना तेना ना जलील कर हो भी मरिया तो मरिया बंदा भी हो एडी की खुशी तो होती ही।
तेनू तेरी सेहत के हिसाब न खुशी लगती रोल नी मिलता। मैं कहना मैं फैर मार के तेरा रोल पक्का कर दिया। की बकवास कर लै। देखो नाल दी गली च थाना हीरा बदमाश। अच्छा कल दा तुरिया जे सब तो पहले जाके बह गया। मैं तू पहले को बैठा कहना पिछली बार भी खलो के जाना पिया। वैसे तू सोना स्मार्ट हो सकना मजा निकल के नाल ही निकल जाए घर। संडे नु ना जाई। क्यों संडे नु संडा भी होता है। ये संडा क्या होता है? मैडम ये मज्जा दा नाज़म होता है। ये मुख्तलिफ पिंडां जाके ते दरख्त दे थल्ले मज्जा दे फैसले करता है। अच्छा गल सुनो जी, जे अगर फैसला सही ना होए ते फिर इहो जिहा सियाणा बंदा कोल खलो ने हाथ ना फड़ के फैसला सिद्धा कर। अपने पिछले नू कह लैंदा मारना मारना। आप मेहमान हैं अल्फा थिएटर बनाने वालों के। उनका कहना है कि हमारे थिएटर में मियारी और साफ सुथरे ड्रामे लगते हैं और सिक्योरिटी की भी अच्छा इंतजाम है। आप बताएं आपके उन्होंने आपके लिए एक LED TV और एक रेफ्रिजरेटर भेजा जो एक सवाल पर आपके साथ जाएंगे गलती की गुंजाइश नहीं। एक सवाल पर दोनों चीजें आपके साथ जाएंगी गलती की गुंजाइश। अपने बाप का नाम बताइए। तो फिर गलती हो गई। किसी तरीके ना कुछ लियाओ यार लियाओ फड़िया कड़े साफ पे यार आ सोटो ये दौड़ के मैच कहना चले ओ तो पहले ना दे दे जल्दी निकल जाता है। पहले साडे मुल्क ने इतना कर्जा नहीं चुकया जी नवे इन्नू चुकया है। ओ तो ओ तो ओ तो ओ तो वाड़ ओ तो वाड़ ओ कौन है? अच्छा साले भाभी
ਜਿਹੜਾ ਸਭ ਤੋਂ ਉੱਤੇ ਰਾਣਾ ਸੀ ਉਹ ਮੈਂ ਸਾਂ। ਨਹੀਂ ਜੀ ਨਹੀਂ, ਸਭ ਤੋਂ ਥੱਲੇ ਸੀ, ਬਾਅਦ ਚੋਂ ਪੈਸੇ ਦੇ ਕੇ ਉੱਤੇ ਕਰਾਇਆ ਸੀ। 300 ਘੱਟ ਦਿੱਤਾ ਉਹਨਾਂ, ਫਿਰ ਚੁੱਕ ਕੇ ਥੱਲੇ ਕਰਤਾ। बच्चा ज्यादा ਲਾਸ਼ ਕਿਵੇਂ ਬੰਨ ਲੈਣੀ ਹੈ? ਓਏ ਇਹ ਦੇਖੋ, ਤੂੰ ਦੱਸ ਕਿਵੇਂ ਲਾਸ਼ ਗਾਇਬ ਕਿੱਥੇ ਜਾ ਸਕਦੀ? ਗਾਇਬ ਕਰ ਲੈਣਾ। ਹਾਂ
ਇਹਦੇ ਕਰੀਏ ਛੋਟੇ ਛੋਟੇ ਟੋਟੇ ਉੱਥੋਂ ਲੈ ਆਈਏ ਤੇਜ਼ਾਬ ਉੱਤੇ ਪਾ ਕੇ ਤੇ ਰੋੜ ਦਈਏ ਪਤਾ ਹੀ ਨਹੀਂ ਲੱਗਣਾ। ਜ਼ਿੰਦਾਬਾਦ ਵੇਖੋ ਨਾ ਅੱਲਾ ਜਦੋਂ ਕਿਸੇ ਗਰੀਬ ਆਦਮੀ ਨੂੰ ਮੌਕਾ ਦੇਗਾ ਬੜੀ ਕਮੀਨੀ ਗੱਲ ਕਰੇਗਾ। ਮੇਰੇ ਕੋਲ ਆਈਡੀਆ ਹੈ ਰਾਣਾ ਸਾਹਿਬ, ਇਹਨੂੰ ਨਾ ਕਿਸੇ ਨੀਵੀਂ ਜਗ੍ਹਾ ਤੇ ਖੜੀ ਕਰਕੇ ਧੱਕਾ ਦਿੰਦੇ ਆ। ਨੀਵੀਂ ਤੇ ਨਹੀਂ ਉੱਚੀ ਹੁੰਦੀ ਆ। ਆ ਛੋੜੋ ਉੱਚੀ ਜਗ੍ਹਾ ਤੇ ਕਰਕੇ ਨਾ ਉੱਚੀ ਜਗ੍ਹਾ ਤੇ ਖੜੀ ਕਰਕੇ ਇਹਨੂੰ ਨੀਵੀਂ ਕਰਦੇ ਆ ਤੇ ਪਿੱਛੋਂ ਇਹਨੂੰ ਦਿੰਦੇ ਧੱਕਾ। ਉੱਥੋਂ ਡੇਕ ਕੇ ਮਰ ਜਾਏਗੀ, ਲੋਕਾਂ ਨੇ ਕਹਿਣਾ ਨਸ਼ਾ ਕੀਤਾ ਸੀ ਡੇਕ ਕੇ ਮਰ ਗਈ। ਹਾਂ ਗੁੜੀ ਆਸ ਬਾਹਰ ਲਿਆ ਉਸ ਦੀ ਬਾਹਰ ਸੁੱਟਨੇ ਆ। ਆਜੋ ਆਜੋ ਇਹਨੂੰ ਸੁੱਟਨੇ ਆ ਇੱਥੇ ਚੁੱਕ ਕੇ ਦੌੜਾਂਗੇ। ਅਰੇ ਵਾਹ ਮੇਰੇ ਮੁਕੱਦਰ, ਕਿਆ ਕੈਸੇ ਹੋ? ਮੈਂ ਠੀਕ ਹੂੰ। ਬੜੀ ਗੱਲ ਹੈ, ਮੇਰੇ ਨਾਲ ਵੀ ਠੀਕ ਹੈ। ਕੁਛ ਨੀ, ਆਓ ਮੁਬਾਰਕ ਹੋਵੇ ਤੇਰਾ ਬਾਪ ਦਾ ਉਸ ਬਚ ਗਿਆ। ਮੈਡਮ ਆਰਡਰ ਲਾਓ, ਪਾਸ਼ਾ ਕਢਵਾ, ਪਾਸ਼ਾ ਕੱਢ, ਪਾਸ਼ਾ 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 ਕੱਢਵਾ, ਪਾਸ਼ਾ 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 ਬਾਹਰ ਕੱਢ ਦੇ। ਉਹ ਮੈਂ ਬਾਹਰ ਕੱਢ ਦੇ ਪਾਸ਼ਾ, ਨਹੀਂ ਤਾਂ ਐਸੀ ਜਗ੍ਹਾ ਤੇ ਗੋਲੀ ਮਾਰਾਂਗਾ ਸੌਖੀ ਲੰਘ ਜਾਏਗੀ। ਪਾਸ਼ਾ ਪਾਸ਼ਾ ਬਾਹਰ ਕੱਢ। ਉਹ ਮੈਂ ਕਿੱਥੋਂ ਕੱਢਾਂ, ਮੈਂ ਤਾਈ ਦਾ ਮੁੰਡਾ। ਨਹੀਂ ਤੂੰ ਮੇਰਾ ਮੁੰਡਾ, ਕੱਢ ਪਾਸ਼ਾ ਬਾਹਰ। ਪਾਸ਼ਾ ਹਾਂ ਹਾਂ, ਮੈਨੂੰ ਯਾਦ ਆਇਆ ਪਾਸ਼ਾ, ਉਹ ਛੋਟੇ ਜਿਹੇ ਕਾਤਾ ਨਾ 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 ਤਰੀਕ ਜਿਹਾ ਸਾਵਲਾ ਰੰਗ ਕਿਹੜਾ ਕੋਟ ਪਾਇਆ ਐਸੀ ਹੈ ਨਾ, ਉਹਦਾ ਨਹੀਂ ਮੈਨੂੰ ਪਤਾ। ਸਾਈਡ ਤੇ ਆ ਜਾ ਆ ਬੱਚੀ, ਓਏ ਪਾਸ਼ਾ ਕੱਢ। ਹਾਂਜੀ ਇੱਥੇ ਹੁਣੇ ਪਾਸ਼ਾ ਕੱਢ ਬਾਹਰ, ਮੈਂ ਤੈਨੂੰ ਕਹਿ ਰਿਹਾ ਪਾਸ਼ਾ ਕੱਢ। ਅੱਛਾ ਜੀ ਓਏ ਉਹ ਸਾਵੇ ਉਹ ਕੋਈ ਕੁੜੀ ਮੈਨੂੰ ਵੀ ਦੇ ਦਿਓ ਕਿ ਮੈਂ ਅਭਿਨੰਦਨ ਆ। ਅਭਿਨੰਦਨ ਮੇਰਾ ਸਾਲਾ ਹੈ, ਗੋਲੀ ਮਾਰਾਂਗਾ। ਕੌਣ? ਗੋਲੀ ਮਾਰਾਂਗਾ ਮੈਂ। ਇਹਦਾ ਘੋੜਾ ਕਿੱਥੇ ਆ? ਉਹ ਤੇਰੀ ਮਾਂ ਨੂੰ ਲੈਣ ਗਿਆ। ਗੋਲੀ ਮਾਰਾਂਗਾ। ਗੋਲੀ ਮਾਰੇਗਾ? ਹਾਂਜੀ। ਉਹ ਇਹਦਾ ਤੇ ਘੋੜਾ ਹੀ ਨਹੀਂ ਹੈਗਾ। ਉਹ ਅੰਨੀ ਦਿਆ, ਇਹ ਲੇਡੀਜ਼ ਪਿਸਤੌਲ ਹੈ। ਗੋਲੀ ਮਾਰਾਂਗਾ ਤੇ ਮੈਂ ਗੋਲੀ ਖਾ ਕੇ ਮਾਰਾਂਗਾ। ਮੈਡਮ ਗੁੱਸੇ ਚ ਹੈਗੇ ਨੇ। ਵਾਲੇਕੁਮ ਅਸਲਾਮ। ਗੋਲਾ ਕੀ ਹੈ ਆਪਣਾ, ਕਿੱਥੇ ਕਿਉਂ ਜੀ? ਪਾਸ਼ਾ 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 ਕਿੱਥੇ? ਪਾਸ਼ਾ ਬਾਹਰ ਕੱਢ। ਪਾਸ਼ਾ ਕਿੱਥੇ? ਇੱਥੇ 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 ਨਹੀਂ, ਹੋਰ ਕਿੱਥੇ? ਵਖਾ ਜੇ ਪਾਸ਼ਾ ਵਖਾਵਾ ਤੇ ਪਛਾਣ ਲੈਗਾ। ਮੈਡਮ ਜੀ ਇਹ ਮੇਰੇ ਕੋਲ ਨੀ ਕਾਬੂ ਆਉਣ ਲੱਗਾ। ਮਾਰਾਂ ਫਾਇਰ, ਮਾਰਾਂ ਫਾਇਰ, ਦੋ ਦੋ ਮਿੰਟ ਹੀ ਆਉਣੇ ਨੇ ਪਰਾਉਣੇ। ਤੇਰੀ ਜਵਾਨੀ ਤੇ ਲਾਣਾ ਤੇ ਇਹ ਤੁਸੀਂ ਕੌਣ ਆ? ਇਹ ਫੇਰ ਇਹ ਬੜੀ ਪੜੀ ਲਿਖੀ ਲੜਕੀ ਹੈ, ਮਾਡਲ ਹੈ, ਬੜੀ ਖੂਬ। ਇਹਦੇ ਨਾਲ ਅਦਬ ਚ ਰਹਿਣਾ ਆਪਾਂ। ਅਦਬ? ਹਾਂ, ਡੀਸੈਂਟ ਲੱਗੇ ਲੱਗੇ ਤੇ ਤੂੰ ਐਮਏ ਫੇਲ ਹੈ। ਉਹ ਤਾਂ ਲੱਗਣਾ ਹੀ ਲੱਗਣਾ ਤੁਮਕਾ। ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ। ਕੈਸੀ ਆਪ? ਆਈ ਐਮ ਗੁੱਡ। ਵੋ ਮੈਂ ਜਬਲ ਕੇ ਟੀਟਾ ਕੇ ਸਿਲਸਿਲੇ ਮੈਂ ਆਇਆ ਥਾ। ਪੜੇ ਲਿਖੇ ਨੇ, ਅਦਬ ਨਾਲ ਗੱਲ ਕਰਨੀ ਚਾਹੀਦੀ ਹੈ। ਹਾਂਜੀ ਜੀ, ਇਹਨਾਂ ਨੂੰ ਮੈਂ ਮਾਜ਼ਰਤ ਕਰਨਾ। ਤੁਸੀਂ ਮੈਨੂੰ ਇਹ ਦੱਸੋ ਕਿ ਇੰਗਲਿਸ਼ ਚ ਆਈ ਲਵ ਯੂ ਦਾ ਮਤਲਬ ਕੀ? ਬਕਵਾਸ ਕਰਦੇ ਨੇ ਉਹ, ਕਹਿੰਦਾ ਮੈਂ ਅਦਬ ਦੱਸਣਾ। ਇਹ ਦੇਖੋ ਅਦਬ। ਮੈਮ ਇੱਕ ਸਵਾਲ ਫਸਾ ਹੋਇਆ ਜ਼ੇਨ ਮੈਂ, ਇਹ ਜਿਹੜਾ ਰੋਹ ਵਾਲਾ ਮਿਲਣਾ ਕਦੀ ਚੱਲਦਾ ਵੇਖਿਆ? ਉਹ ਜਦੋਂ ਪਿੱਛੋਂ ਗੰਨਾ ਤੇ ਈਦਾ ਗੰਨਾ ਕੋ ਢਿੱਲਾ ਜਿਹਾ ਉਹ ਕਦੋਂ ਨਿਕਲ ਆਉਂਦਾ? ਉਹ ਤੂੰ ਪਾਗਲ ਕਿਆ ਆਵਾਜ਼ ਤੇ ਮੈਂ ਉਹਦੇ ਢਿੱਲਾ ਹੀ ਨਿਕਲਣਾ, ਉਹਦਾ ਹੋਈ ਥੋੜ੍ਹੀ ਹੁੰਦੀ।
ਪੀਸਿਆ ਤੇ ਜਾਂਦਾ ਵਿਚਾਰਾ। ਮੇਰਾ ਖਿਆਲ ਹੈ ਤੈਨੂੰ ਉਂਝ ਨਹੀਂ ਸਮਝ ਆਉਣੀ। ਯਾਰ ਮੈਂ ਜਿਹੜੀ ਸੋਹਣੀ ਕੁੜੀ ਹੈ ਨਾ, ਮੈਂ ਇਹਨਾਂ ਨੂੰ ਸ਼ੇਰ ਸੁਣਾਉਂਦਾ। ਸੁਣਾ ਏ ਲਓ ਜਨਾਬ, ਅੱਜ ਵੀ ਸ਼ੇਰ ਏ। ਗੁੜ ਵਾਲੇ ਚੌਲ ਹੋਣ ਤੇ ਨਾਲ ਹੋਵੇ ਦਹੀਂ। ਆਏ ਸਦਕੇ, ਉਹ ਚੁੱਪ 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 ਚੁੱਪ। ਗੁੜ ਵਾਲੇ ਚੌਲ ਹੋਣ ਤੇ ਨਾਲ ਹੋਵੇ ਦਹੀਂ, ਗੁੜ ਵਾਲੇ ਚੌਲ ਹੋਣ ਤੇ ਨਾਲ ਹੋਵੇ ਦਹੀਂ ਪਰ ਨਹੀਂ। ਇਸ਼ਕ ਤੇਰੇ ਨੇ ਮੈਨੂੰ ਕੁੱਤਿਆਂ ਕੀਤਾ। ਮੂੰਹ ਬੰਦ ਕਰਕੇ ਖਲੋ, ਰੋਬਰ ਡੀਲ ਦੇ ਮੈਨੇਜਰ ਇਧਰ ਆਏ। ਸ਼ੇਰ ਕਰ ਪੂਰਾ, ਪੂਰਾ ਕਰ। ਅਗਲੀ ਲੈਣ ਕੁੱਤੇ ਦੇ ਬੱਚੀ, ਅਗਲੀ ਲੈਣ ਦੱਸ। ਤੈਨੂੰ ਸਮਝ ਸਮਝ ਆ ਗਈ ਜੀ, ਅਗਲੀ ਲੈਣ ਦੱਸ। ਇਸ਼ਕ ਤੇਰੇ ਨੇ ਕੁੱਤਿਆਂ ਕੀਤਾ, ਆਪਣਾ ਇੱਕ ਲੈਣਰ ਦਾ ਮੂੰਹ ਤੇ ਮੈਨੂੰ ਲੈ ਗਈ ਅਗਲੀ। ਅੱਛਾ ਜੀ, ਅੱਜ ਵੀ ਸ਼ੇਰ ਜੀ, ਇਸ਼ਕ ਤੇਰੇ ਨੇ ਮੈਨੂੰ ਕੁੱਤਿਆਂ ਕੀਤਾ। ਜੇ ਤੈਨੂੰ ਯਕੀਨ ਨਹੀਂ ਆਉਂਦਾ ਤੇ ਜਾ। ਮੇਰਾ ਤਰਾ ਕੱਢ ਗਏ, ਇਹਨੇ ਬੇਅਦਬੀ ਕੀਤੀ ਹੈ। ਹਾਂ ਸਰ, ਤੁਸੀਂ ਸਾਨੂੰ ਮਾਫ਼ ਕਰ ਦਿਓ, ਮੈਂ ਅਦਬ ਨਾਲ ਗੱਲ ਕਰਨਾ। ਅਦਬ ਦੀ ਸ਼ੇਰ ਵੀ, ਆਦਮ ਨਾ ਹੁੰਦਾ ਤੇ ਦਾਣਾ ਨਾ ਹੁੰਦਾ। ਆਈ ਅਦਬੀ ਸ਼ੇਰ, ਵੀ ਆਦਮ ਨਾ ਹੁੰਦਾ ਤੇ ਦਾਣਾ ਨਾ ਹੁੰਦਾ, ਸਮੁੰਦਰੀ ਨਾ ਹੁੰਦੀ, ਰਜਾਣਾ ਨਾ ਹੁੰਦਾ। ਤੂੰ ਦੁਨੀਆਂ ਤੇ ਨਹੀਂ ਆਉਣਾ ਸੀ ਜੇ ਮੇਰੇ ਅੱਬੇ ਦਾ ਆਉਣਾ ਜਾਣਾ ਨਾ ਹੁੰਦਾ। ਮੇਰਾ ਆਪਾ ਵੀ ਤੁਹਾਡੇ ਨਾਲ ਜਾਂਦਾ, ਤੂੰ ਵੀ ਏਡਾ ਸਿਆਣਾ ਲਾਉਂਦਾ। ਮੇਰੇ ਅੱਬੇ ਨੇ ਨਹੀਂ ਫੜਿਆ ਜਾਣਾ ਸੀ ਜੇ ਸਾਹਮਣੇ ਥਾਣਾ ਨਾ ਹੁੰਦਾ। ਮੈਂ ਤੇਰੇ ਘਰੋਂ ਨਿਕਲਣਾ ਨਹੀਂ ਸੀ ਜੇ ਮੈਂ ਨਾਣਾ ਲਾਉਂਦਾ। ਉਹ ਤੇਰੇ ਲੱਕ ਦੀ ਹੱਡੀ ਵੀ ਟੁੱਟ ਜਾਣੀ ਸੀ ਜੇ ਥੱਲੇ ਸਰਾਣਾ ਲਾਉਂਦਾ। ਮਾਰਾਂ ਗੋਲੀ, ਚੜਾਵਾਂ ਗੋਲੀ। ਮੈਂ ਜਿਵੇਂ ਗੋਲੀਆਂ ਚੜ੍ਹਦੀਆਂ ਨੀ ਵੇਖੀਆਂ। ਕਿਵੇਂ ਚੜ੍ਹਦੀਆਂ? ਜਦੋਂ ਕੋਈ ਕਵੇ ਓਏ ਇਹ ਕੀ ਕਰ ਰਹੇ ਹੋ, ਅੱਛਾ ਨੀ ਲੱਗਦਾ ਮੈਨੂੰ। ਝਾੜ ਕੇ ਪੋਟੇ ਖਾਧੇ ਹੋਣ ਬੰਦੇ ਨੇ, ਇਹ ਪਾਸ਼ਾ ਤੇ ਪਾਸ਼ਾ ਹੁੰਦਾ। ਫਿਰ ਪਾਸ਼ਾ ਤੋਂ ਬਗੈਰ ਨਹੀਂ ਰਹਿ ਸਕਦੇ, ਮੈਂ ਪਾਸ਼ਾ ਦੇ ਦੇ। ਤੁਸੀਂ ਜਾਓ ਫਿਰ, ਮੈਨੂੰ ਨਾਲ ਲੈ ਕੇ ਆਏ ਨੇ ਪਾਸ਼ਾ ਨੂੰ ਲੱਭਣ ਵਾਸਤੇ। ਲੈ ਤੇ ਤੂੰ ਕੀ ਪਾਸ਼ਾ ਫੜ ਕੇ ਫੜਾਉਣਾ ਉਹਨਾਂ ਨੂੰ? ਪੁੱਤਰ ਮੇਰੇ ਕਾਬੂ ਆ ਗਿਆ ਨਾ, ਮੈਂ ਫੜ ਗਈ ਝਾੜ ਕੇ ਤੇ ਮੈਡਮ ਦੇ ਹਵਾਲੇ ਕਰਾਂ। ਫਿਰ ਕੀ ਫਾਇਦਾ ਉਹਨਾਂ ਨੂੰ? ਮੈਨੇ ਫੜਾ ਤਾਂ ਕਿ ਉਹ ਝਾੜਨ ਝੂੜਨ, ਫਿਰ ਕਿੱਥੇ ਸਭੀ ਤੂੰ ਲਿਆ? ਕਿੱਥੇ ਜਾਵੇ ਪਾਸ਼ਾ, ਮੈਂ ਛੱਡਣਾ ਨਹੀਂ। ਅੱਛਾ ਜੀ, ਜਿੱਦੇ ਤੁਸੀਂ ਸ਼ੌਕੀਨ ਹੋ, ਮੈਨੂੰ ਕਿਉਂ ਲੱਗਦਾ ਮੇਰਾ ਮਕਾਨ ਵਿਕ ਗਿਆ ਨਾ? ਤੇਰੇ ਮਕਾਨ ਦਾ ਕੀਤਾ ਲੱਗੇ? ਤੇਰੇ ਮਕਾਨ ਦਾ ਕੀਤਾ ਲੱਗੇ? ਇੱਥੇ ਰੱਖ ਕੇ ਜੇ ਮੈਂ ਗੋਲੀ ਮਾਰਾਂ, ਹਾਂਜੀ, ਕਿੱਥੋਂ ਨਿਕਲੇਗੀ? ਬਾ ਪਾਸ਼ੇ ਦੇ ਕੋਲੋਂ ਕੋਲੋਂ ਹੀ ਨਿਕਲੇਗੀ। ਓਏ ਹਾਂਜੀ, ਇਹ
मैडम अली फड़ाती जे एडा कमजोर बारिश नाल गया पहली कड़ी सिर च बची ते कोमे च आ गई जाला कणी की वजह तो नहीं सी गया ठंडी सी आज वैसे जिन्नी बारिश हो रही ना बाद आज पाशा होनी जे मेरी गल सर हां जी मेरा पाशा वेख्या तू और पाशे तो अलावा हैगा की साडे को ओनु नहीं वेखना तू किन्नु वेखना है है कितने लै क्या मैडम उदास ने दो दिन तो मैं दो दिन तो पाशा नहीं वेख्या सही दस मैं क्यों लगते ने पाशा हलाल हो देना है काना जा खोलिया मारा फैर मारा भाई जी वेखो तुसी पाशाह साहब चाहिए ने गल्लां नहीं चाहिए पाशाह साहब भी मिल जाएंगे सर ते तुहाडे कोल ही आ पाशाह हैं कमजोर गल ए जा एक बार फुल चेक कर किन्ना कमजोर कहना की चाहना तू है एडा कमजोर है अस्पताल मरीज का पता लगेगा तो मरीज को छुट्टी देकर दाखिल कर ले ते बेड के उत्ते बोतल पाई थी इन्हें बोतल वाली जगह टंगे है उन्होंने आए मैं कहा भाई है कि करेंगे जी बोतल बहुत ही लागी सी वापस काट रहे हैं तेन पता पाशा कौन है जी पाशा कौन है पाशा कौन है कितना है यूरोप तो मंगाते ने अपने पसंदीदा हैड अच्छा अच्छा यूरोप तो जी तो तुसी भी पाशा यूरोप तो ही मंगाया नहीं बैंकॉक से आया है माशाल्लाह मेरी बात सुनो मेरा पाशा ना मिला मैं मर जाऊंगी मैं पाशा के साथ रोज मरना कल ही है भी एटा कल असली कदली पाशा नाल रखे थे नहीं रखे मरण तक ना जाओ आओ बात ठीक है जो बनना मौसम चेक कर तो मैं पाशा लग रही ना जे मैं पाशा ना नाम खेली तो मैं रोने ही तेनू का रोना आंदा है मैं कह रहा कि क्यों मेरा दिल कर रहा है कि मैं भज के करो पाशा फाड़ी लिया पाशा घर रखे जानना पाशा कौन है एदा कमजोर है एदा कमजोर है इन जिन चिमड़िया जिन गिठ गिठ बाहर सी सैठा तो जिन नु भी खुला डुला सी एदा कमजोर है तेन पता पाशा कौन है भाई जी पाशा तो लभ ही जाएगा छोड़ो इस गल च की पिया सुने मैडम लव करते हो प्यार करते हो उन्होंने बस शादी हो गई हूँ इन्हों की अच्छा जी वैसे तो असं प्यार ही करते अच्छा बस का कोई बात मैडम जी मैं तेरी गल कर तेरी गल कर कर थोड़ा जो पूछी अच्छा जी अरे तू की जाके कर हाँ जी हेलो मैडम मेरा जो दोस्त बगैर सीधा नहीं रह सकता सीधा नहीं रह सकता अगर किसी ना मिले वो मर जाएगा मर जाएगा मर जाएगा मर जाएगा तुसी ओदी गल सुन मेरी गल सुन जिस तरह तू कीता ना मैं तेरे तरस आया तेरे मुंह नु सिर्फ एक मिनट में देनी है तो अपने साथ खा ले जा रे जाके ना एक मिनट के विच इंतजार कर ले अच्छा जी आ जा आ जा एक मिनट हो गया ओ
अगली पता लगे मर जाएगा ताने बगैर मर जाएगा मर जाएगा मर जाएगा समझ गया 30 सेकंड तेरी किस्मत है चल ला 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 आजा हो गए 30 सेकंड ओ यार जान के दे ले ओ ला 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 तो टाइम शुरू होना है तू जा बोट ला रहे हैं ना ऐ वे ओके ओके मैं समझ गया कितने मिनट में 3 मिनट ओ 20 मिनट तेरी किस्मत ही तेनू 20 मिनट मिल गए हालांकि उत्थे जांदी आ तेरी नार ते नार जांदी आ अल्लाह खैर अल्लाह खैर अल्लाह खैर अल्लाह खैर अल्लाह खैर यार एक बार तो पूरा होने दे अरे दोबारा दसी हमेशा कोई कही ना कहती हेलो एक्सक्यूज मी क्या हाल है ठीक है आप मजे की हां ओके ओके चल आ जा आ जा मैडम सोहनी बड़ी लग रही मैं सदका देना दो 500 दे है बाहर निकल रहे हो के मारा फैर अंदर आके ओए चूहा आ गया चूहा चूहा किथे सर ने कहा सर मैं तो हुन पहचाने आ अच्छा जी तो दफा हो जाओ हैं वो ठीक कर आए कदो फैर नाल आए ओ पाशा आ गया जी नहीं अस्सलाम वालेकुम अस्सलाम पाशा ए पाशा ने पिस्ती कुत्ती है और देखो को चुप खलोता मैडम किन्नू मिलना तू तू बादशाह है कि आया से किथे बादशाह बादशाह किथे बादशाह मेरा दोस्त है तोड़ा मियां मैं तो बादशाह मेरे को नहीं अजय निकलना बंदे बहुत बैठे ने जिन्नी बारिश हो रही है बादशाह निकलने में टाइम लगना ते गल सुनो मैं दरअसल आज ना मेरा दोस्त है थे राणा साहब हां उन्हां दी है सालगिरह दस्सिया सी ते ओ केक कटना बादशाह दा केक कटण लगियो बादशाह दा केक ओ बादशाह दा केक कट ले फिर तेरे जोगा नहीं रहना ओ केक नहीं चौड़ा केक नहीं होता चौड़ा केड़ा होता ए ए ए ओ सालगिरह वाला ओ अल्लाह तेरा भला करे पर मेनू उम्मीद नहीं अच्छा ओ चौड़ा केक होता है ऐसा होता है अच्छा जब मैं दसने मैं थता अच्छा ऐसा चौरस केक उते पाशा लगा बनया होता है इन घर का बता रे मोंगरा रानियो आजा भाई पाशा होई रंग पीला हो गया इथे लम्मिया पा लो ते मेरे उत्ते बह जाओ साडे दोस्त राणे दी सालगिरह सी ओथे केक कट्ठे कीते सी एक केक मैं मंगाया एक इन्हे मंगाया सी दो क्यों एक बेहोश हो गया विचों एक डिग पिया पता नहीं की होया केक ने बेहोश हो गया केक मर गया मतलब हथी नहीं नहीं केक डिग गया ते पार्ट गया हां जी तुसी पाजी अकार्ड होण तो पहले मशीन दी फिरकी नहीं सी हुंदे नहीं ओ देगा अच्छा ओने जदो केक एक ने मंगाया एक मैं मंगाया दोनों ने केक ते इकट्ठे कीते केक हो गए दोवे इकट्ठे केक एक दूजे विच वजे ते एक केक थल्ले डिग पिया मेरा वाला केक मेरा 21 साल दा ही हां जी हां जी ओ छेती डिग पिया 2100 दा 21 अल्लाह तुसी पहले लूडो ते सप्प बन के नहीं से सुते हुंदे मरी औरत ने उठ पैने
ਯਾਰ ਤੇ ਘਰ ਲਾਸ਼ ਪਈ ਹੋਏ ਤੇ ਬੰਦਾ ਛੱਡ ਕੇ ਜਾਂਦਾ ਚੰਗਾ ਤੇ ਨਹੀਂ ਲੱਗਦਾ ਬੇਗਰ ਨੂੰ ਇਹ ਗੱਲ ਤੇ ਹੁਣ ਉਹ ਅੱਜ ਉਹਦਾ ਉਹਦੀ ਲਾਸ਼ ਤੇ ਉਹਦੇ ਯਾਰ ਤੇ ਜਾਣੇ ਚਾਹੀਦੇ ਨਾ ਹਾਂ ਜਿਸ ਤਰ੍ਹਾਂ ਤੇਰੀ ਅੰਮੀ ਦੇ ਯਾਰ ਆਏ ਸੀ ਹੈ ਘਰ ਤੇ ਹੁਣ ਕੁੱਲ ਹੋ ਗਏ ਨੇ ਨਹੀਂ ਕੁੱਲ ਕਦੋਂ ਹੋ ਗਏ ਅੱਜ ਤੋਂ ਬਣਾ ਕੇ ਆਏ ਨੇ ਅਜੇ ਤੇ ਗਿਟਕਾਂ ਆਈਆਂ ਹੀ ਨੇ ਉਹ ਤੇ ਫਿਰ ਦੋ ਦਿਨ ਲੱਗਣਗੇ ਹਾਂ ਜੀ ਦੋ ਦਿਨ ਦਾ ਟਾਈਮ ਮੈਨੂੰ ਦਿਓ ਬੇਗੇ ਮੈਂ ਅਜੇ 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 ਚੱਲ ਮੈਂ ਤੁਹਾਡੇ ਨਾਲ ਪਿਆਰ ਕਰਨਾ ਮੁਹੱਬਤ ਕਰਨਾ ਲਵ ਕਰਨਾ ਤੁਹਾਨੂੰ ਛੱਡ ਕੇ ਝੂਠਾ ਸੱਚੀ ਮੇਰੀ ਗੱਲ ਸੁਣ ਮੈਂ ਸਿਰਫ ਤੇਰੇ ਮੂੰਹ ਨੂੰ ਫਿਕਰ ਦੋਵੇਂ ਤੁਸੀਂ ਕੁੱਤੇ ਦੇ ਬੱਚੇ ਹੋ ਤੇਰੇ ਚੋਂ ਪਿੰਡ ਹੋਇਆ ਨੀ ਹੋਣਾ ਹੁੰਦੇ ਰਹਿਣਗੇ ਉਹ ਰਾਣਾ ਉਹ ਲਾਸ਼ ਵਾਲਾ ਵਾਕਿਆ ਨਿਬੇੜ ਤੇ ਨਿਕਲੀ